ਪੁਰਾਤਨ ਸਿੱਖਾਂ ਸਾਡੇ ਚ ਇੱਕੋ ਫਰਕ ਹੈ, ਅਸੀਂ ਅੰਮ੍ਰਿਤ ਵੇਲਾ ਛੱਡ ਚੁੱਕੇ ਹਾਂ, ਉਹਨਾਂ ਨੇ ਅੰਮ੍ਰਿਤ ਵੇਲਾ ਕਦੀ ਛੱਡਿਆ ਨਹੀਂ ਸੀ, ਅਸੀਂ ਛੱਡ ਚੁੱਕੇ ਹਾਂ। ਇੱਕ ਇਤਿਹਾਸਿਕ ਬੜੀ ਦਰਦਨਾਕ ਘਟਨਾ ਵਾਪਰੀ ਹੈ, ਇਹ ਘਟਨਾ ਸੁਣਾ ਕੇ ਦੱਸ ਸਮਾਪਤੀ ਕਰੇਗਾ, ਕਿਉਂਕਿ ਇਹ ਘਟਨਾ ਐਸੀ ਹੈ ਕਿ ਜਿਨ੍ਹਾਂ ਦਾ ਮਨ ਹਾਲੇ ਤੱਕ ਨਹੀਂ ਮੰਨਿਆ ਨਾ, ਮੈਂ ਅਕਸਰ ਦੇਖਿਆ ਉਹਨਾਂ ਦਾ ਮਨ ਵੀ ਮੰਨ ਜਾਂਦਾ ਕਿ ਅਸੀਂ ਅੰਮ੍ਰਿਤ ਵੇਲਾ ਜ਼ਰੂਰ ਸੰਭਾਲਾਂਗੇ, ਕਿਉਂਕਿ ਘਟਨਾ ਹੀ ਐਸੀ ਹੈ, ਮਨ ਭਰ ਆਉਂਦਾ ਹੈ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕਿਲ੍ਹਾ ਛੱਡਿਆ, ਸਰਸਾ ਨਦੀ ਪਾਰ ਕੀਤੀ, 500 ਸੈਨਿਕ ਉਹਨਾਂ ਦੇ ਨਾਲ ਨੇ, 500 ਸਿੰਘ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਨਾਲ ਨੇ, ਪਿੱਛੇ ਹਜ਼ਾਰਾਂ, ਕਿਤੇ ਇਤਿਹਾਸ 'ਚ 20,000, ਕਿਤੇ 50,000, ਕਿਤੇ ਲੱਖਾਂ ਦੀ ਤਾਦਾਦ ਵੀ ਲਿਖੀ ਹੈ, ਮੁਗਲ ਸੈਨਾ ਪਿੱਛੇ ਲੱਗੀ ਹੋਈ ਹੈ। ਜਦੋਂ ਸਰਸਾ ਦੀ ਨਦੀ ਪਾਰ ਕਰ ਲਈ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕੀ ਕਹਿੰਦੇ ਨੇ, ਦਇਆ ਸਿੰਘ ਅੰਮ੍ਰਿਤ ਵੇਲਾ ਹੋ ਗਿਆ ਹੈ, ਬਿਹਾਨਾ ਰੱਖੋ ਧੰਨ ਗੁਰੂ ਨਾਨਕ, ਅੰਮ੍ਰਿਤ ਵੇਲਾ ਹੋ ਗਿਆ ਹੈ, ਕੀਰਤਨੀ ਸਿੰਘਾਂ ਨੂੰ ਕਹੋ ਆਸਾ ਜੀ ਦੀ ਵਾਰ ਦਾ ਕੀਰਤਨ ਸ਼ੁਰੂ ਕਰੋ। ਦਇਆ ਸਿੰਘ ਹੈਰਾਨ ਕਿ ਮੁਗਲ ਸੈਨਾ ਨੇ ਹੁਣੇ ਪਹੁੰਚ ਜਾਣਾ, ਝੱਟ ਸਾਰੇ ਮਾਰੇ ਜਾਵਾਂਗੇ, ਜੰਗ ਦਾ ਮੈਦਾਨ ਹੈ, ਮੁਗਲ ਸੈਨਾ ਲੱਖਾਂ ਦੀ ਤਾਦਾਦ 'ਚ, ਹਜ਼ਾਰਾਂ ਦੀ ਤਾਦਾਦ 'ਚ ਪਿੱਛੇ, ਅਤੇ ਪਾਤਸ਼ਾਹ ਕਹਿ ਰਹੇ ਨੇ ਅੰਮ੍ਰਿਤ ਵੇਲਾ ਹੋ ਗਿਆ ਹੈ। ਬੇਨਤੀ ਕੀਤੀ ਪਾਤਸ਼ਾਹ, ਮੁਗਲ ਸੈਨਾ ਪਹੁੰਚ ਜਾਏਗੀ, ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕੀ ਕਿਹਾ, ਕਹਿੰਦੇ ਇੰਝ ਕਰੋ, 250 ਸਿੰਘ ਨਦੀ ਦੇ ਉਸ ਕਿਨਾਰੇ 'ਤੇ ਪੈਰੇ 'ਤੇ ਖੜਾ ਕਰ ਦਿਓ, ਪਰਲੇ ਕਿਨਾਰੇ 'ਤੇ 250 ਸਿੰਘ ਬੈਠ ਜਾਓ, ਕੀਰਤਨੀ ਉਹਨਾਂ ਨੂੰ ਕਹੋ ਕਿ ਉਹ ਮਨ ਜੋੜ ਕੇ ਇਕਾਗਰਚਿਤ ਹੋ ਕੇ ਅੰਮ੍ਰਿਤ ਵੇਲਾ ਸੰਭਾਲਣ, ਉਹ ਆਸਾ ਜੀ ਦੀ ਵਾਰ ਦਾ ਕੀਰਤਨ ਸੁਣਨ। ਹੁਣ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਅੱਗੇ ਕੌਣ ਬੋਲ ਸਕਦਾ ਹੈ, ਕੀਰਤਨ ਸ਼ੁਰੂ ਹੋ ਗਿਆ, 250 ਸਿੰਘ ਬਹਿ ਗਏ ਮਨ ਜੋੜ ਕੇ, ਔਰ 250 ਸਿੰਘ ਪੈਰੇ 'ਤੇ ਖੜੇ ਨੇ, ਅੱਧੀ ਆਸਾ ਜੀ ਦੀ ਵਾਰ ਹੋਈ, ਮੁਗਲ ਸੈਨਾ ਪਹੁੰਚ ਗਈ, 250 ਸਿੰਘ ਲੜਦੇ ਪਏ ਨੇ, ਮਰਦੇ ਪਏ ਨੇ, ਕੱਟਦੇ ਪਏ ਨੇ, ਇੱਧਰ ਅੰਮ੍ਰਿਤ ਵੇਲਾ ਸੰਭਾਲਿਆ ਜਾ ਰਿਹਾ ਹੈ, ਜੰਗ ਦਾ ਮੈਦਾਨ। ਸਾਧ ਸੰਗਤ ਜੀ ਆਪਣੇ ਅੱਖਾਂ ਅੱਗੇ ਉਹ ਦ੍ਰਿਸ਼ ਲੈ ਕੇ ਆਓ, ਕਿਹੋ ਜਿਹਾ ਦ੍ਰਿਸ਼ ਹੋਏਗਾ ਕਿ ਯੁੱਧ ਦਾ ਮੈਦਾਨ ਹੈ, ਮੌਤ ਸਿਰ 'ਤੇ ਖੜੀ ਹੈ, 250 ਸਿੰਘ ਬਹਿ ਕੇ ਇਕਾਗਰਚਿਤ ਮਨ ਨਾਲ ਕੀਰਤਨ ਸੁਣ ਰਹੇ ਨੇ, ਇੱਥੇ ਮਾੜੀ ਜਿਹੀ ਆਵਾਜ਼ ਹੋ ਜਾਏ ਸਾਡਾ ਮਨ ਉਖੜ ਜਾਂਦਾ ਹੈ, ਕੀ ਅਵਸਥਾ ਉਹ ਸਿੰਘਾਂ ਦੀ, ਪਿਆਰ ਨਾਲ ਰੱਖੋ ਧੰਨ ਗੁਰੂ ਨਾਨਕ, ਮੌਤ ਸਿਰ 'ਤੇ ਖੜੀ ਹੈ, 250 ਸਿੰਘ ਮਰਦਾ ਪਿਆ, ਕੱਟਦਾ ਪਿਆ, ਪਤਾ ਨਹੀਂ ਬਚੇਗਾ, ਆਸਾ ਜੀ ਦੀ ਵਾਰ ਦਾ ਕੀਰਤਨ ਦਾ ਭੋਗ ਪਿਆ। ਦਇਆ ਸਿੰਘ ਪਹਿਲੀ ਵਾਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਆ ਕੇ ਅੱਗੇ ਇਹ ਗੱਲ ਕਹੀ, ਉਹਨੇ ਸਵਾਲ ਕੀਤਾ, ਉਹਨੇ ਪਾਤਸ਼ਾਹ ਤੁਹਾਡੇ ਅੱਜ ਦੇ ਅੰਮ੍ਰਿਤ ਵੇਲੇ ਨੇ 250 ਸਿੰਘ ਸ਼ਹੀਦ ਕਰਵਾ ਲਏ, ਤੁਹਾਡੇ ਅੱਜ ਦੇ ਅੰਮ੍ਰਿਤ ਵੇਲੇ ਨੇ 250 ਸਿੰਘ ਸ਼ਹੀਦ ਕਰਵਾ ਲਏ, ਕੀ ਹੁੰਦਾ ਜੀ ਅੱਜ ਦਾ ਦਿਨ ਅੰਮ੍ਰਿਤ ਵੇਲਾ ਨਾ ਸੰਭਾਲਦੇ। ਅਤੇ ਮੇਰੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇੰਨਾ ਦਰਦ ਭਰਿਆ ਜਵਾਬ ਦਿੱਤਾ ਸਾਧ ਸੰਗਤ ਜੀ, ਜਿਹਨੂੰ ਸੁਣ ਕੇ ਜੇ ਸਾਡਾ ਮਨ ਅੱਜ ਵੀ ਨਾ ਦਰਵਿਆ ਨਾ, ਸਮਝ ਲਓ ਜੀਵਨ ਦੀ ਬਾਜ਼ੀ ਤੁਸੀਂ ਹਾਰ ਗਏ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕੀ ਕਹਿੰਦੇ, ਕਹਿੰਦੇ ਦਇਆ ਸਿੰਘ ਕੀ ਕਹਿੰਦੇ, 250 ਸਿੰਘ ਸ਼ਹੀਦ ਹੋ ਗਏ, ਮੈਂ ਕਹਿੰਦਾ 500 ਦੇ 500 ਸਿੰਘ ਸ਼ਹੀਦ ਹੋ ਜਾਂਦੇ, ਤੂੰ ਵੀ ਸ਼ਹੀਦ ਹੋ ਜਾਂਦਾ, ਮੈਂ ਵੀ ਲੇਖੇ ਲੱਗ ਜਾਂਦਾ, ਪਰ ਅੱਗੇ ਜਾ ਕੇ ਇਤਿਹਾਸ 'ਚ ਕੋਈ ਸੁਣਦਾ ਨਾ ਅੱਗੇ ਜਾ ਕੇ ਕਿ ਇਤਿਹਾਸ 'ਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਅੰਮ੍ਰਿਤ ਵੇਲਾ ਸੰਭਾਲਿਆ ਸੀ, ਯੁੱਧ ਦੇ ਮੈਦਾਨ ਵਿੱਚ ਵੀ ਸੰਭਾਲਿਆ ਸੀ, ਆਪਣੇ ਪਿਆਰੇ 250 ਸਿੰਘ ਸ਼ਹੀਦ ਕਰਕੇ ਵੀ ਅੰਮ੍ਰਿਤ ਵੇਲਾ ਸੰਭਾਲਿਆ ਸੀ, ਅੰਮ੍ਰਿਤ ਵੇਲਾ ਕਿੰਨਾ ਜ਼ਰੂਰੀ ਹੋਏਗਾ ਜਿਹੜਾ ਸੰਭਾਲਿਆ ਸੀ। ਜੇ ਇਸ ਘਟਨਾ ਨੂੰ ਸੁਣ ਕੇ ਇੱਕ ਵੀ ਸਿੱਖ ਦਾ ਮੇਰੇ ਅੰਮ੍ਰਿਤ ਵੇਲਾ ਬਣ ਗਿਆ ਨਾ, ਸੌਦਾ ਮਹਿੰਗਾ ਨਹੀਂ ਬੜਾ ਸਸਤਾ ਹੈ, ਸਤਿ ਸ੍ਰੀ ਅਕਾਲ।